ਜਦੋਂ ਪੰਛੀ ਨੂੰ ਲੱਗੇਗਾ ਕਿ ਇਹ ਘਰ ਜਿਹੜਾ ਆ ਮੇਰੇ ਲਈ ਸੇਫ ਆ ਤਾਂ ਹੀ ਉਹਦੇ ਵਿੱਚ ਘਰ ਬਣੇਗਾ। ਉਹਨੂੰ ਅਸੀਂ ਆਪਣੇ ਮੁਤਾਬਿਕ ਦੇਖਦੇ ਹਾਂ ਕਿ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਵੜ ਗਏ ਜੀ, ਪਰ ਪੰਛੀ ਇੱਦਾਂ ਦੇ ਨਹੀਂ ਹੈ। ਉਹ ਪੰਛੀ ਬਹੁਤ ਸਿਆਣੇ, ਉਹਦੇ ਵਿੱਚ ਆਲਣਾ ਇਸ ਕਰਕੇ ਨਹੀਂ ਬਣਾਉਂਦੇ ਕਿਉਂਕਿ ਪੰਛੀ ਜੇ ਸੌਖਾ ਉਹਦੇ ਵਿੱਚ ਵੜ ਰਿਹਾ ਤਾਂ ਉਹਦਾ ਮਤਲਬ ਕੀ ਹੈ ਕਿ ਕੋਈ ਹੋਰ ਪੰਛੀ ਆ ਕੇ ਵੀ ਉਹ 'ਚ ਅਟੈਕ ਓਨਾ ਹੀ ਸੌਖਾ ਕਰ ਸਕਦਾ। ਆਹ ਜਿਹੜਾ ਮੂੰਹ ਹੈ ਇਹ ਕਾਫੀ ਵੱਡਾ ਜੀ, ਜੇ ਮੈਂ ਇਹਨੂੰ ਛੋਟਾ ਕਰ ਦਿੰਦਾ, ਜੇ ਪੰਛੀ ਵੱਡਾ ਇਹਦੇ 'ਚ ਘਰ ਬਣਾਉਣਾ ਚਾਹੁੰਦਾ ਉਹ ਕੀ ਕਰੇਗਾ, ਆਪਣੀ ਚੁੰਝ ਨਾਲ ਇਹਨੂੰ ਟੁੱਕ ਕੇ ਵੱਡਾ ਕਰ ਲਏਗਾ ਆਪਣੇ ਸਾਈਜ਼ ਦਾ। ਬਹੁਤ ਸੋਹਣਾ ਕਲਰ ਵੀ ਆ, ਸਭ ਕੁਛ ਆ, ਮੂੰਹ ਵੀ ਛੋਟਾ ਆ ਜੀ, ਪਰ ਇਹਦੀ ਇਹ ਜਿਹੜੀ ਡੈਪਥ ਆ ਇਹ ਜ਼ਿਆਦਾ ਨਹੀਂ। ਸੋ ਇਹਦੇ ਵਿੱਚ ਜਾਂ ਤਾਂ ਬਹੁਤ ਹੀ ਛੋਟਾ ਪੰਛੀ ਘਰ ਬਣਾ ਸਕਦਾ, ਉਹ ਵੀ ਇਹ ਦੇਖ ਕੇ ਕਿ ਮੈਂ ਇਹਦੇ ਵਿੱਚ ਸੇਫ ਹਾਂ ਕਿਉਂਕਿ ਉਹਨੂੰ ਜ਼ਿਆਦਾ ਆਂਡੇ ਜਿਹੜੇ ਉਹਦੇ ਨੀਵੇਂ ਹੋਣਗੇ ਜੀ ਤਾਂ ਸੇਫ ਰਹਿਣਗੇ। ਕੁਦਰਤ ਨੇ ਕਿੰਨਾ ਵਧੀਆ ਇਹਨਾਂ ਜੀਵ ਜੰਤੂਆਂ ਨੂੰ ਸਿਖਾਇਆ। ਅਸੀਂ ਅਗਰ ਦੇਖਦੇ ਹਾਂ ਕਿ ਸਵੇਰੇ ਕੀੜੀਆਂ ਜਿਹੜੀਆਂ ਨੇ ਉਹ ਆਂਡੇ ਲੈ ਕੇ ਤੁਰ ਪਈਆਂ ਨੇ, ਇਹਦਾ ਮਤਲਬ ਹੈ ਉਸ ਦਿਨ ਮੀਂਹ ਆਏਗਾ। ਦੋਸਤੋ, ਅੱਜ ਕੱਲ੍ਹ ਨਾ ਪੰਛੀਆਂ ਪ੍ਰਤੀ ਲੋਕਾਂ ਦਾ ਜਾਂ ਮੈਂ ਕਹਾਂ ਨੌਜਵਾਨਾਂ ਦਾ ਜਿਹੜਾ ਪਿਆਰ ਹੈ ਉਹ ਇੱਕ ਵਾਰੀ ਫਿਰ ਵਧਣਾ ਸ਼ੁਰੂ ਹੋਇਆ। ਇੱਕ ਦੋਸ਼ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਪੰਛੀ ਖਤਮ ਹੋ ਗਏ, ਪਰ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਨੌਜਵਾਨ ਕਮੇਟੀਆਂ ਇਕੱਠੀਆਂ ਹੋ ਕੇ ਪੰਛੀਆਂ ਨੂੰ ਸੰਭਾਲਣ ਦੇ ਯਤਨ ਕਰ ਰਹੀਆਂ ਨੇ। ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੀਆਂ ਮੁਹਿੰਮਾਂ ਚੱਲ ਰਹੀਆਂ ਨੇ। ਅਸੀਂ ਵੇਖਦੇ ਹਾਂ ਕਿ ਪੰਛੀਆਂ ਦੇ ਲਈ ਆਲ੍ਹਣੇ ਜਿਹੜੇ ਆ ਉਹ ਬਣਾ ਕੇ ਦਰੱਖਤਾਂ ਦੇ ਉੱਤੇ ਟੰਗੇ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਘਰਾਂ ਦੇ ਨਾਲ ਵੀ ਟੰਗੇ ਜਾਂਦੇ ਨੇ। ਪਰ ਕੀ ਤੁਹਾਨੂੰ ਪਤਾ ਵੀ ਜਿਹੜੇ ਅਸੀਂ ਆਲ੍ਹਣੇ ਬਣਾ ਕੇ ਜਾਂ ਬਣੇ ਬਣਾਏ ਲਿਆ ਕੇ ਟੰਗ ਰਹੇ ਹਾਂ ਉਹ ਸਹੀ ਵੀ ਨੇ? ਬਹੁਤ ਵਾਰੀ ਤੁਸੀਂ ਵੇਖਿਆ ਹੋਣਾ ਕਿ ਅਸੀਂ ਆਲ੍ਹਣੇ ਟੰਗਤੇ ਪਰ ਵਿੱਚ ਪੰਛੀ ਆ ਕੇ ਰਹਿਣ ਨਹੀਂ ਲੱਗੇ, ਇਹਦਾ ਕੀ ਕਾਰਨ ਹੈ? ਇਹ ਇੱਕ ਬਹੁਤ ਹੀ ਗੁੰਝਲਦਾਰ ਪੇਚ ਹੈ ਜਿਹਦਾ ਸਾਨੂੰ ਬਹੁਤ ਘੱਟ ਪਤਾ ਆ ਕਿ ਪੰਛੀ ਨੂੰ ਵੀ ਆਲ੍ਹਣਾ ਉਹਦੇ ਮਤਲਬ ਦਾ ਚਾਹੀਦਾ ਆ। ਸੋ ਕਿਵੇਂ ਦਾ ਆਲ੍ਹਣਾ ਚਾਹੀਦਾ ਇਹ ਸਾਨੂੰ ਦੱਸਣਗੇ ਡਾਕਟਰ ਜੁਝਾਰ ਸਿੰਘ। ਡਾਕਟਰ ਸਾਹਿਬ, ਆਲ੍ਹਣੇ ਆਪਣੇ ਕੋਲ ਪਏ ਨੇ ਜੀ, ਸੋ ਕਿਉਂ ਨਹੀਂ ਪੰਛੀ ਜਿਹੜੇ ਆ ਉਹ ਹਰ ਇੱਕ ਆਲ੍ਹਣੇ ਦੇ ਵਿੱਚ ਰਹਿੰਦੇ ਹੈਗੇ? ਤੁਸੀਂ ਨੋਰਮਲੀ ਦੇਖਦੇ ਹੋ ਕਿ ਦਰੱਖਤਾਂ ਦੇ ਉੱਤੇ ਜਿਹੜੇ ਆਲ੍ਹਣੇ ਬਣਾਏ ਜਾਂਦੇ ਨੇ ਉਹ ਬਹੁਤ ਸੋਹਣੀ ਹੱਟ ਦੀ ਸ਼ੇਪ ਬਣਾ ਦਿੱਤੀ ਜਾਂਦੀ ਹੈ ਕਿ ਜਿੱਦਾਂ ਅਸੀਂ ਆਪਣੇ ਲਈ ਇੱਕ ਝੌਂਪੜੀ ਨੁਮਾ ਘਰ ਦੇਖਦੇ ਹਾਂ ਉਸ ਤਰ੍ਹਾਂ ਦੀ ਜਿਹੜੀ ਇੱਕ ਹੱਟ ਦੀ ਸ਼ੇਪ ਹੈ ਉਹ ਲਾ ਦਿੱਤੀ ਜਾਂਦੀ ਜੀ। ਅਤੇ ਉਹਦੇ ਵਿੱਚ ਕੀ ਦੇਖਿਆ ਜਾਂਦਾ ਹੈ ਕਿ ਜਿਹੜਾ ਉਹਦਾ ਦਰਵਾਜ਼ਾ ਬਣਾਇਆ ਜਾਂਦਾ, ਗੇਟ ਬਣਾਇਆ ਜਾਂਦਾ, ਉਹ ਬਿਲਕੁਲ ਬੇਸ ਦੇ ਯਾਨੀ ਕਿ ਜਿਹੜਾ ਥੱਲੜਾ ਲੱਗਿਆ ਹੋਇਆ ਉਹਦੇ ਨੇੜੇ ਬਣਾ ਦਿੱਤਾ ਜਾਂਦਾ। ਉਹਨੂੰ ਅਸੀਂ ਆਪਣੇ ਮੁਤਾਬਿਕ ਦੇਖਦੇ ਹਾਂ ਕਿ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਵੜ ਗਏ ਜੀ, ਪਰ ਪੰਛੀ ਇੱਦਾਂ ਦੇ ਨਹੀਂ ਹੈ। ਉਹ ਪੰਛੀ ਬਹੁਤ ਸਿਆਣੇ ਨੇ, ਉਹਦੇ ਵਿੱਚ ਆਲ੍ਹਣਾ ਇਸ ਕਰਕੇ ਨਹੀਂ ਬਣਾਉਂਦੇ ਕਿਉਂਕਿ ਪੰਛੀ ਜੇ ਸੌਖਾ ਉਹਦੇ ਵਿੱਚ ਵੜ ਰਿਹਾ ਤਾਂ ਉਹਦਾ ਮਤਲਬ ਕੀ ਹੈ ਕਿ ਕੋਈ ਹੋਰ ਪੰਛੀ ਆ ਕੇ ਵੀ ਉਹ 'ਚ ਅਟੈਕ ਓਨਾ ਹੀ ਸੌਖਾ ਕਰ ਸਕਦਾ। ਸੋ ਉਹਦੇ ਬੱਚੇ ਉਹਦੇ ਆਂਡੇ ਉਹਦੇ ਵਿੱਚ ਸੇਫ ਨਹੀਂ ਨੇ। ਸੋ ਜਿਹੜਾ ਪੰਛੀ ਆ ਉਹਦੇ ਵਿੱਚ ਘਰ ਨਹੀਂ ਬਣਾਉਂਦਾ। ਸੋ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਨੋਰਮਲੀ ਕੀ ਹੈ, ਤੁਸੀਂ ਸੜਕਾਂ ਦੇ ਨਾਲ ਵੀ ਜਾਂਦੇ ਹੋ, ਮਿੱਟੀ ਦੇ ਬਣੇ ਹੋਏ ਬੜੇ ਸੋਹਣੇ ਅੱਜ ਕੱਲ੍ਹ ਵਿਕ ਰਹੇ ਨੇ ਜੀ, ਉਹਨਾਂ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਜਿਹੜਾ ਸ਼ੇਕ ਆ ਕਾਫੀ ਵੱਡਾ ਹੈ ਔਰ ਬੇਸ 'ਤੇ ਹੈ, ਮਿੱਟੀ ਦਾ ਹੋਣ ਕਰਕੇ ਤੁਹਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਨੈਚੁਰਲ ਨੇ, ਇਹਦੇ ਵਿੱਚ ਪੰਛੀ ਬਹੁਤ ਛੇਤੀ ਘਰ ਬਣਾਏਗਾ, ਪਰ ਉਹਦੇ ਵਿੱਚ ਵੀ ਨਹੀਂ ਬਣਾਉਂਦੇ। ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਪੰਛੀ ਨੂੰ ਲੱਗੇਗਾ ਕਿ ਇਹ ਘਰ ਜਿਹੜਾ ਆ ਮੇਰੇ ਲਈ ਸੇਫ ਆ ਤਾਂ ਹੀ ਉਹਦੇ ਵਿੱਚ ਘਰ ਬਣਾਏਗਾ। ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਜਿਵੇਂ ਹੁਣ ਇਹ ਘਰ ਆ ਜੀ, ਇਹਦੇ ਵਿੱਚ ਮੈਂ ਦੇਖ ਰਿਹਾ ਕਿ ਆਹ ਜਿਹੜਾ ਮੂੰਹ ਹੈ ਇਹ ਕਾਫੀ ਵੱਡਾ ਹੈ ਜੀ। ਜੇ ਮੈਂ ਇਹਨੂੰ ਛੋਟਾ ਕਰ ਦਿੰਦਾ, ਜੇ ਪੰਛੀ ਵੱਡਾ ਹੈ ਇਹਦੇ 'ਚ ਘਰ ਬਣਾਉਣਾ ਚਾਹੁੰਦਾ ਉਹ ਕੀ ਕਰੇਗਾ, ਆਪਣੀ ਚੁੰਝ ਨਾਲ ਇਹਨੂੰ ਟੁੱਕ ਕੇ ਵੱਡਾ ਕਰ ਲਏਗਾ ਆਪਣੇ ਸਾਈਜ਼ ਦਾ। ਅੱਛਾ, ਜਿੱਦਾਂ ਦਾ ਉਹਨੂੰ ਪਸੰਦ ਆ, ਜਿੰਨੇ ਸਾਈਜ਼ 'ਚ ਉਹਨੂੰ ਸੇਫਟੀ ਦਿਖਦੀ ਹੈ ਉਨੇ ਦਾ ਟੁੱਕ ਕੇ ਕਰ ਲਏਗਾ। ਕਿਉਂਕਿ ਮੈਨੂੰ ਯਾਦ ਆ ਕਿ ਹਜੇ 15 ਕੁ ਦਿਨ ਪਹਿਲਾਂ ਜਦੋਂ ਅਸੀਂ ਪਿੰਡ 'ਚ ਲਗਾ ਕੇ ਆਏ ਹਾਂ ਤਾਂ ਉਹਦੇ 'ਤੇ ਪੰਛੀ ਬਹਿਣ ਲੱਗ ਗਏ, ਪੰਛੀ ਉਹਦੇ ਵਿੱਚ ਵੜਨ ਲੱਗਿਆ ਤਾਂ ਉਹ 'ਚੋਂ ਵੜ ਨਹੀਂ ਹੋ ਰਿਹਾ ਸੀ। ਸੋ ਉਹਨੇ ਕੀ ਕੀਤਾ, ਉਹਨੂੰ ਟੁੱਕ ਕੇ ਆਪਣੇ ਹਿਸਾਬ ਦੇ ਨਾਲ ਉਹ ਸ਼ੇਕ ਕੀਤਾ ਅਤੇ ਉਹਦੇ ਵਿੱਚ ਵੜ ਗਿਆ। ਪਰ ਜਦੋਂ ਹੋਲ ਬਹੁਤ ਜ਼ਿਆਦਾ ਵੱਡਾ ਹੈ, ਉਹਨੂੰ ਲੱਗਿਆ ਕਿ ਹੁਣ ਵੱਡੇ ਪੰਛੀ ਇੱਥੇ ਅਟੈਕ ਕਰ ਸਕਦੇ ਨੇ ਅਤੇ ਜ਼ਿਆਦਾ ਡੂੰਘਾ ਨਹੀਂ ਹੈ ਤਾਂ ਪੰਛੀ ਉਹ 'ਚ ਘਰ ਹੀ ਨਹੀਂ ਬਣਾਉਂਦਾ। ਤੁਸੀਂ ਦੇਖ ਰਹੇ ਹੋ ਕਾਫੀ ਲੰਬੇ ਨੇ, ਕਾਫੀ ਸਪੇਸ ਆ ਹੋਲ ਤੋਂ ਲੈ ਕੇ ਜ਼ਮੀਨ ਤੱਕ। ਇੱਕ ਖਾਸ ਚੀਜ਼ ਮੈਂ ਇਹ ਵੀ ਦੇਖ ਰਿਹਾ ਨਾ ਕਿ ਜਿਹੜਾ ਹੋਲ ਜਿਹੜਾ ਆ ਉੱਪਰਲੇ ਪਾਸੇ ਆਮ ਤੌਰ 'ਤੇ ਅਸੀਂ ਨੀਚੇ ਬਣਾਉਂਦੇ ਹਾਂ, ਸੜਕਾਂ 'ਤੇ ਟੰਗੇ ਹੁੰਦੇ ਆ ਨਾ, ਉਹਨਾਂ ਦੇ ਵਿਚਾਲੇ ਜੇ ਹੁੰਦਾ ਜਾਂ ਥੱਲੇ ਹੁੰਦਾ ਜੀ। ਸੋ ਜੇ ਉੱਪਰ ਹੋਏਗਾ ਤੁਸੀਂ ਦੇਖਦੇ ਹੋ ਕਾਫੀ ਡਿਸਟੈਂਸ ਹੈ, ਕੋਈ ਪੰਛੀ ਅਟੈਕ ਕਰੇਗਾ ਪੰਛੀ ਆਂਡਿਆਂ ਦੇ ਉੱਤੇ ਤਾਂ ਉਹ ਲਈ ਸੌਖਾ ਨਹੀਂ ਹੋਏਗਾ। ਹੁਣ ਇੱਕ ਐਗਜ਼ਾਮਪਲ ਹੋਰ ਦਿੰਦਾ। ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਲ੍ਹਣਾ ਬਹੁਤ ਸੋਹਣਾ ਬਣਿਆ, ਬਹੁਤ ਸੋਹਣਾ ਕਲਰ ਵੀ ਆ, ਸਭ ਕੁਛ ਆ, ਮੂੰਹ ਵੀ ਛੋਟਾ ਆ ਜੀ, ਪਰ ਇਹਦੀ ਇਹ ਜਿਹੜੀ ਡੈਪਥ ਆ ਇਹ ਜ਼ਿਆਦਾ ਨਹੀਂ ਆ। ਸੋ ਇਹਦੇ ਵਿੱਚ ਜਾਂ ਤਾਂ ਬਹੁਤ ਹੀ ਛੋਟਾ ਪੰਛੀ ਘਰ ਬਣਾ ਸਕਦਾ
ਉਹ ਵੀ ਇਹ ਦੇਖ ਕੇ ਕਿ ਮੈਂ ਇਹਦੇ ਵਿੱਚ ਸੇਫ ਹਾਂ ਕਿਉਂਕਿ ਉਹਨੂੰ ਜ਼ਿਆਦਾ ਆਂਡੇ ਜਿਹੜੇ ਉਹਦੇ ਨੀਵੇਂ ਹੋਣਗੇ ਜੀ ਤਾਂ ਸੇਫ ਰਹਿਣਗੇ। ਸੋ ਜਿੰਨਾ ਇਹਦਾ ਮੂੰਹ ਦਾ ਸਾਈਜ਼ ਆ ਓਨਾ ਹੀ ਪੰਛੀ ਜਿਹੜਾ ਆ ਉਹ ਘਰ ਬਣਾਉਂਦਾ। ਹੁੰਦਾ ਕੀ ਆ ਨੋਰਮਲੀ ਅਸੀਂ ਕੀ ਦੇਖਦੇ ਹਾਂ ਕਿ ਮੂੰਹ ਅਸੀਂ ਕਹਿੰਦੇ ਯਾਰ ਬਹੁਤ ਛੋਟਾ ਹੈ ਪੰਛੀ ਕਿੱਦਾਂ ਬੜੂਗਾ ਇਹਦੇ ਵਿੱਚ। ਸੋ ਅਸੀਂ ਕੀ ਕਰਦੇ ਹਾਂ ਵੱਡੇ ਮੂੰਹ ਰੱਖ ਦਿੰਦੇ ਹਾਂ। ਸੋ ਜੇਕਰ ਵੱਡੇ ਮੂੰਹ ਅਸੀਂ ਰੱਖਾਂਗੇ ਤਾਂ ਉਹਦੇ ਵਿੱਚ ਸ਼ਾਰਕਾਂ ਹੀ ਘਰ ਬਣਾਉਣਗੀਆਂ। ਔਰ ਤੁਸੀਂ ਦੇਖਦੇ ਹੋ ਸ਼ਾਰਕਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਗਟਾਰਾਂ ਗਟਾਰਾਂ ਉਹਨਾਂ ਨੂੰ ਸਾਡੇ ਘਰ ਬਣਾਉਣ ਦੀ ਲੋੜ ਨਹੀਂ ਹੈ ਜੀ, ਉਹਨਾਂ ਨੂੰ ਪਹਿਲਾਂ ਹੀ ਬਹੁਤ ਘਰ ਨੇ। ਸੋ ਜੇਕਰ ਅਸੀਂ ਇਹਦੇ ਛੋਟੇ ਮੂੰਹ ਰੱਖ ਕੇ ਬਣਾਵਾਂਗੇ ਤਾਂ ਉਹ ਜਿਹੜੇ ਛੋਟੇ ਪੰਛੀ ਨੇ ਉਹ ਇਹਨਾਂ ਵਿੱਚ ਘਰ ਬਣਾ ਸਕਣਗੇ। ਔਰ ਇਹ ਤਜ਼ਰਬਾ ਮੇਰਾ ਸਕਸੈਸਫੁਲ ਵੀ ਰਿਹਾ ਕਿ ਅਸੀਂ ਛੋਟੇ ਮੂੰਹ ਵਾਲੇ ਲਗਾਏ ਅਤੇ ਉਹਨਾਂ ਵਿੱਚ ਬਹੁਤ ਸੋਹਣੇ ਘਰ ਬਣਾਏ। ਐਗਜ਼ਾਮਪਲ ਦਿੰਦਾ ਕਿ 9 ਲੱਖਾਂ ਬਾਗ ਦੇ ਵਿੱਚ ਜਦੋਂ ਕੀਰਤਪੁਰ ਸਾਹਿਬ ਮੇਰੇ ਕੋਲ ਸੇਵਾ ਸੀ ਤਾਂ ਉਹਦੇ ਵਿੱਚ ਅਸੀਂ ਇਹ ਆਲਣੇ ਲਗਾਏ ਔਰ ਉਹਦੇ ਵਿੱਚ ਛੋਟੇ ਪੰਛੀਆਂ ਤੋਂ ਲੈ ਕੇ ਉੱਲੂਆਂ ਤੱਕ ਨੇ ਘਰ ਬਣਾਏ। ਸੋ ਉੱਲੂ ਵੀ ਉਹਦੇ ਵਿੱਚ ਘਰ ਬਣਾ ਕੇ ਬੈਠੇ ਹੋਏ ਔਰ ਵਧੀਆ ਕੀ ਲੱਗਦਾ ਸੀ ਕਿ ਦਿਨ ਵੇਲੇ ਉਹ ਗਰਦਨ ਕੱਢ ਕੇ ਬਾਹਰ ਦੇਖਦਾ ਫਿਰ ਗਰਦਨ ਅੰਦਰ ਕਰ ਲੈਂਦਾ। ਸੋ ਦੇਖਣ ਨੂੰ ਵੀ ਬਹੁਤ ਵਧੀਆ ਵਿਊ ਸੀ। ਜੁਝਾਰ ਸਿੰਘ ਜੀ ਇੱਕ ਹੁਣ ਮੰਨ ਲਓ ਕਿਸੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਬਣਾ ਲਿਆ ਆਲਣੇ ਹੈ ਨਾ ਟੰਗ ਤੇ ਆ, ਗਲਤੀ ਉਹੀ ਹੋ ਗਈ ਕਿ ਮੂੰਹ ਵੱਡਾ ਰੱਖ ਲਿਆ ਜੀ, ਉਹ ਉਹਨੂੰ ਕਿਸ ਤਰੀਕੇ ਨਾਲ ਹੈ ਨਾ ਸੈੱਟ ਕਰ ਸਕਦਾ? ਸੋ ਆਪਾਂ ਕੀ ਕਰ ਸਕਦੇ ਹਾਂ ਕਿ ਫੱਟੀਆਂ ਲਗਾ ਕੇ ਉਹਦਾ ਮੂੰਹ ਛੋਟਾ ਕਰ ਸਕਦਾ। ਠੀਕ ਹੈ, ਸੋ ਲੱਕੜ ਲੈ ਕੇ ਉਹਨੂੰ ਫੱਟੀਆਂ ਲਗਾ ਕੇ ਉਹਦਾ ਮੂੰਹ ਛੋਟਾ ਕਰ ਦਈਏ। ਬਾਕੀ ਜੇ ਜ਼ਿਆਦਾ ਛੋਟਾ ਹੈ ਤਾਂ ਉਹਨੂੰ ਉਹ ਆਪਣੇ ਹਿਸਾਬ ਨਾਲ ਐਡਜਸਟ ਕਰ ਲੈਣਗੇ ਪੰਛੀ ਜੀ। ਸੋ ਇਹਦੇ ਨਾਲ ਹੀ ਇੱਕ ਹੋਰ ਤੁਹਾਨੂੰ ਦਿਖਾਉਂਦਾ ਕਿ ਇਹ ਜਿਹੜਾ ਆਲਣਾ ਹੈ ਹੁਣ ਦੇਖੋ ਇਹ 'ਚ ਡੈਫਥ ਬਹੁਤ ਜ਼ਿਆਦਾ ਆ ਜੀ, ਡੂੰਘਾ ਵੀ ਹੈ, ਸਭ ਕੁਝ ਸਹੀ ਹੈ। ਵੈਸੇ ਮੇਨਲੀ ਇਹਦੇ ਉੱਤੇ ਅਸੀਂ ਸ਼ਟਰ ਰੱਖਦੇ ਹਾਂ ਕਿ ਸਪੋਜ਼ ਅਸੀਂ ਚੈੱਕ ਕਰਨਾ ਕਿ ਵਿੱਚ ਆਂਡੇ ਵਗੈਰਾ ਸਹੀ ਨੇ ਜਾਂ ਸਾਨੂੰ ਕੋਈ ਹੋਰ ਦਿੱਕਤ ਲੱਗਦੀ ਹੈ, ਜਾਂ ਸਪੋਜ਼ ਕਿ ਕੁਛ ਸਾਲਾਂ ਬਾਅਦ ਇਹਦੇ ਵਿੱਚੋਂ ਜਿਹੜੇ ਨੇ ਅਸੀਂ ਸਫਾਈ ਕਰਨੀ ਹੈ, ਪੰਛੀ ਕੋਈ ਨਹੀਂ ਆ ਪੂਰਾ ਭਰ ਗਿਆ ਹੋਇਆ, ਇਹਨੂੰ ਸਫਾਈ ਕਰਨੀ ਹੈ। ਸੋ ਆਹ ਸ਼ਟਰ ਜਿਹੜਾ ਇਹਨੂੰ ਅਸੀਂ ਲਾ ਲੈਂਦੇ ਹਾਂ ਆਪਾਂ ਖੋਲ੍ਹ ਕੇ ਸਾਫ਼ ਕਰ ਸਕਦੇ ਹਾਂ। ਸੋ ਇਹਦੇ ਵਿੱਚ ਕੀ ਹੈ ਕਿ ਹੁਣ ਇਹਦੇ ਵਿੱਚ ਦੇਖ ਰਹੇ ਹਾਂ ਮੂੰਹ ਬਹੁਤ ਵੱਡਾ ਹੈ, ਇਹਦੇ ਵਿੱਚ ਜਿਹੜਾ ਘਰ ਬਣਾਏਗਾ ਵੱਡਾ ਪੰਛੀ ਹੀ ਬਣਾਏਗਾ ਜੀ। ਹੁਣ ਇਹਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਜਗ੍ਹਾ ਨੀਚੇ ਘੱਟ ਆ, ਮੂੰਹ ਵੱਡਾ ਆ, ਵੱਡਾ ਪੰਛੀ ਜਦੋਂ ਇਹਦੇ 'ਚ ਜਾਏਗਾ ਉਹਨੂੰ ਸੇਫ ਜਗ੍ਹਾ ਲੱਗੇਗੀ ਨਹੀਂ ਕਿਉਂਕਿ ਜਗ੍ਹਾ ਥੋੜ੍ਹੀ ਹੈ। ਬਿਲਕੁਲ, ਛੋਟਾ ਪੰਛੀ ਇਸ ਕਰਕੇ ਨਹੀਂ ਬਣਾਏਗਾ ਕਿਉਂਕਿ ਮੂੰਹ ਵੱਡਾ ਹੈ ਅਤੇ ਉਹਨੂੰ ਆਪਣੀ ਸੇਫਟੀ ਨਹੀਂ ਲੱਗ ਰਹੀ। ਸੋ ਇਸ ਹਿਸਾਬ ਨਾਲ ਅਗਰ ਅਸੀਂ ਆਲਣਾ ਦੀ ਸਿਲੈਕਸ਼ਨ ਕਰਾਂਗੇ ਤਾਂ ਪੰਛੀ ਜ਼ਰੂਰ ਘਰ ਬਣਾਉਣਗੇ। ਡਾਕਟਰ ਸਾਹਿਬ ਇੱਕ ਸਵਾਲ ਮੇਰਾ ਨਾ ਥੋੜ੍ਹਾ ਹਟ ਕੇ ਆਲਣਿਆਂ ਤੋਂ ਜੀ, ਇੱਕ ਪੰਛੀ ਆ ਟਟੀਰੀ ਜੀ, ਉਹ ਖੇਤ ਦੇ ਵਿੱਚ ਆਂਡੇ ਦਿੰਦੀ ਆ ਅਤੇ ਆਂਡੇ ਵੀ ਉਸ ਵੇਲੇ ਦਿੰਦੀ ਆ ਜਦੋਂ ਝੋਨੇ ਦਾ ਸੀਜ਼ਨ ਮੂਹਰੇ ਹੁੰਦਾ ਹੈ ਨਾ। ਮਤਲਬ ਬਹੁਤ ਸਾਰੇ ਕਿਸਾਨਾਂ ਦਾ ਸਵਾਲ ਵੀ ਆਉਂਦਾ ਵੀ ਯਾਰ ਵੀ ਅਸੀਂ ਆਂਡੇ ਭੰਨਣਾ ਨਹੀਂ ਚਾਹੁੰਦੇ ਹੈਗੇ, ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ। ਮਤਲਬ ਟਟੀਰੀ ਨੂੰ ਅਸੀਂ ਕਿੱਦਾਂ ਇਹ ਮਾਹੌਲ ਬਣ ਸਕਦਾ ਵੀ ਟਟੀਰੀ ਆਂਡੇ ਜਿਹੜੇ ਆ ਉਹ ਖੇਤ ਦੀ ਜਗ੍ਹਾ ਜਾਂ ਕਿਸੇ ਆਲਣੇ 'ਚ ਦੇ ਦੇਵੇ? ਦੇਖੋ ਕੁਦਰਤੀ ਹੈ, ਇਹਦੇ ਵਿੱਚ ਕੋਈ ਵੀ ਕਹਿ ਲਓ ਵੀ ਅਸੀਂ ਆਪਣੇ ਵੱਲੋਂ ਕੋਈ ਜ਼ਿਆਦਾ ਕੁਛ ਨਹੀਂ ਕਰ ਸਕਦੇ। ਇੱਕ ਬਹੁਤ ਵਧੀਆ ਸਾਇੰਸ ਹੈ ਜਿਹਨੂੰ ਸਮਝਣ ਦੀ ਲੋੜ ਹੈ। ਇਹ ਕਹਿ ਲਓ ਵੀ ਕੁਦਰਤ ਨੇ ਉਹਨਾਂ ਪੰਛੀਆਂ ਨੂੰ ਬਹੁਤ ਜ਼ਿਆਦਾ ਸਿਆਣਪ ਦਿੱਤੀ ਹੈ ਜਿਹਨੂੰ ਅਸੀਂ ਨਹੀਂ ਸਮਝ ਰਹੇ। ਕਿਹਾ ਜਾਂਦਾ, ਸਾਡੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਸੀ, ਕਹਿੰਦੇ ਜੇਕਰ ਟਟੀਰੀ ਨੀਵੀਂ ਜਗ੍ਹਾ ਆਂਡੇ ਦੇਵੇ ਉਹਦਾ ਮਤਲਬ ਹੈ ਉਸ ਸਾਲ ਮੀਂਹ ਘੱਟ ਪੈਣਗੇ, ਸੋਕਾ ਹੋਏਗਾ। ਜਦੋਂ ਟਟੀਰੀ ਉੱਚੀ ਜਗ੍ਹਾ ਆਂਡੇ ਦੇਵੇ ਇਹਦਾ ਮਤਲਬ ਕਿ ਉਸ ਸਾਲ ਮੀਂਹ ਬਹੁਤ ਪੈਣ ਵਾਲਾ। ਉਹ ਸਾਡੇ ਲਈ ਪ੍ਰੈਡਿਕਸ਼ਨਸ ਨੇ, ਉਹ ਸਾਨੂੰ ਦੱਸ ਰਹੀ ਹੈ ਕਿ ਅਸੀਂ ਸਿਆਣਪ ਵਰਤੀ ਹੈ। ਬਾਕੀ ਜਿੱਥੇ ਤੱਕ ਤੁਸੀਂ ਕਹਿ ਰਹੇ ਹੋ ਕਿ ਖੇਤਾਂ ਦੇ ਵਿੱਚ ਜਿਹੜਾ ਪੰਛੀ ਹੈ ਉਹਨੇ ਜਗ੍ਹਾ ਲੱਭਦਾ ਆਪਣੇ ਲਈ, ਅਸੀਂ ਸਾਰੀਆਂ ਜਗ੍ਹਾ ਜਿਹੜੀਆਂ ਜੰਗਲਾਤ ਦੀਆਂ ਸੀਗੀਆਂ ਉੱਤੇ ਸਾਰਿਆਂ ਨੇ ਅਸੀਂ ਕਬਜ਼ੇ ਕਰ ਲਏ ਹੋਏ ਆ, ਹੁਣ ਉਹਨੂੰ ਸਾਡੀ ਜਗ੍ਹਾ ਜਿਹੜੀ ਆ ਉਹੀ ਲੱਭ ਰਹੀ ਆ ਆਂਡੇ ਦੇਈਏ, ਉਹਨੂੰ ਖੇਤ ਹੀ ਲੱਭ ਰਹੇ ਨੇ। ਜਾਂ ਤਾਂ ਅਸੀਂ ਕੋਈ ਪਰਟੀਕੁਲਰ ਸਾਈਟ ਉਹਨਾਂ ਨੂੰ ਦਈਏ ਕਿ ਉਹ ਉੱਥੇ ਆਂਡੇ ਦੇਣ, ਪਰ ਤੁਸੀਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਕਿੰਨੀਆਂ ਕੁ ਜਗ੍ਹਾ ਨੇ ਜਿਹੜੀਆਂ ਸ਼ਾਮਲਾਟ ਨੇ, ਕਿੰਨੀਆਂ ਕੁ ਜਗ੍ਹਾ ਨੇ ਜਿੱਥੇ ਦਰਖਤ ਨੇ। ਅੱਜ ਪਹਿਲਾਂ ਖੇਤਾਂ ਦੇ ਵਿੱਚ ਅਸੀਂ ਦਰਖਤ ਛੱਡੇ ਸੀ, ਅੱਜ ਉਹ ਵੀ ਨਹੀਂ ਛੱਡੇ ਕਿ ਸਾਡੀ ਜਗ੍ਹਾ ਜਿਹੜੀ ਆ ਉਹ ਕਵਰ ਕਰ ਰਹੇ ਹਾਂ। ਸੋ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਨੂੰ ਜਿਹੜੀ ਯਾਦ ਆਈ ਹੈ, ਤੁਸੀਂ ਦੇਖੋਗੇ ਕਿ ਕੁਦਰਤ ਨੇ ਕਿੰਨਾ ਵਧੀਆ ਇਹਨਾਂ ਜੀਵ ਜੰਤੂਆਂ ਨੂੰ ਸਿਖਾਇਆ। ਅਸੀਂ ਅਗਰ ਦੇਖਦੇ ਹਾਂ ਕਿ ਸਵੇਰੇ ਕੀੜੀਆਂ ਜਿਹੜੀਆਂ ਨੇ ਉਹ ਆਂਡੇ ਲੈ ਕੇ ਤੁਰ ਪਈਆਂ ਨੇ, ਇਹਦਾ ਮਤਲਬ ਹੈ ਉਸ ਦਿਨ ਮੀਂਹ ਆਏਗਾ। ਅੱਛਾ, ਬੜੀਆਂ ਵਧੀਆ ਪ੍ਰੈਡਿਕਸ਼ਨਸ ਨੇ ਜਿਹੜੀਆਂ ਸਾਨੂੰ ਇਹਨਾਂ ਜਾਨਵਰਾਂ ਤੋਂ ਇਹਨਾਂ ਜੀਵ ਜੰਤੂਆਂ ਤੋਂ ਪਤਾ ਲੱਗਦੀਆਂ ਨੇ। ਉਹ ਕੀ ਕਰਦੀਆਂ ਨੇ, ਜਦੋਂ ਮੀਂਹ ਆਉਣਾ ਹੁੰਦਾ ਆਪਣੇ ਆਂਡੇ ਸਾਹਮਣੇ ਸ਼ੁਰੂ ਕਰ ਦਿੰਦੀਆਂ ਨੇ, ਜਦੋਂ ਆਪਣੇ ਆਂਡੇ ਲੈ ਕੇ ਭੱਜੀਆਂ ਹੋਣ ਸਮਝ ਲਓ ਉਸ ਦਿਨ ਮੀਂਹ ਪੈਣਾ ਹੀ ਪੈਣਾ। ਸੋ ਕੁਦਰਤ ਨੇ ਸਾਨੂੰ ਬਹੁਤ ਵਧੀਆ ਜਿਹੜੇ ਨੇ ਉਹ ਨਿਆਮਤਾਂ ਬਖਸ਼ੀਆਂ ਨੇ ਜੀਵ ਜੰਤੂਆਂ ਦੀਆਂ। ਸੋ ਉਹਨਾਂ ਨੂੰ ਸਮਝਣਾ, ਉਹ ਕੁਦਰਤ ਨੂੰ ਸਮਝਣਾ ਉਹਨਾਂ ਦੇ ਥਰੂ ਹੋ ਸਕਦਾ। ਵਾਕਈ, ਸੋ ਦੋਸਤੋ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਡਾਕਟਰ ਸਾਹਿਬ ਨੇ ਦੱਸੀਆਂ। ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ ਪੰਛੀਆਂ ਨੂੰ ਸੰਭਾਲਣ ਦਾ, ਆਲਣੇ ਬਣਾਉਣ ਦਾ, ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ। ਬਸ ਸਾਨੂੰ ਲੋੜ ਹੈ ਕਿ ਜਿੱਥੇ ਕਿਤੇ ਸਾਤੋਂ ਤਰੁੱਟੀਆਂ ਰਹਿ ਜਾਂਦੀਆਂ ਨੇ ਤਾਂ ਅਸੀਂ ਇੱਧਰੋਂ ਉੱਧਰੋਂ ਜਿਹੜੀ ਜਾਣਕਾਰੀ ਮਿਲਦੀ ਹੈ ਉਹਦੇ ਨਾਲ ਅਸੀਂ ਹੱਲ ਕਰ ਸਕੀਏ। ਸੋ ਆਸ ਕਰਦਾ ਵੀ ਤੁਸੀਂ ਲਾਹਾ ਜ਼ਰੂਰ ਲਵੋਗੇ।